ਅਸਲਾਮੁਅਲੈਕੁਮ ਜਨਾਬ, ਕੀ ਹਾਲ ਹੈ ਤੁਹਾਡਾ? ਕਰੋਨਾ ਤੋਂ ਬਚੇ ਹੋ ਜੇ, ਅੱਲਾ ਪਾਕ ਤੁਹਾਨੂੰ ਬਚਾਵੇ, ਪੂਰੇ ਪਾਕਿਸਤਾਨ ਨੂੰ ਬਚਾਵੇ, ਤੁਹਾਨੂੰ ਮੈਨੂੰ ਸਾਰਿਆਂ ਨੂੰ ਬਚਾਵੇ। ਅੱਲਾ ਜਿਹੜਾ ਹੈਗਾ, ਜਿਹੜਾ ਜਿਹੜਾ ਦੁਨੀਆ ਦੇ ਉੱਤੇ ਆ ਗਿਆ, ਅੱਲਾ ਉਹਨੂੰ ਆਪਦਿਆਂ ਦਾ ਗਮ ਨਾ ਕੋਈ ਦੇਵੇ, ਅੱਲਾ ਪਾਕ ਆਪਦੀ ਜ਼ਮਾਨ 'ਚ ਰੱਖੇ ਜਨਾਬ। ਤੋਂ ਲਓ ਜੀ, ਵੀਡੀਓ ਸ਼ੁਰੂ ਕਰਨੇ ਆ ਜਨਾਬ। ਅੱਜ ਵੀ ਜਿਹੜਾ ਹੈਗਾ ਵੀਡੀਓ, ਮਾਸ਼ਾਅੱਲਾ, ਪਹਿਲਾਂ ਤੁਸੀਂ ਵਛੇਰੀਆਂ ਵੇਖੋ, ਬੇਗ ਸਾਹਿਬ ਦੇ ਗੁਲਸ਼ਨ ਦੇ ਫੁੱਲ ਨੇ ਜੀ ਬਗੀਚੇ ਦੇ, ਅਤੇ ਮਾਸ਼ਾਅੱਲਾ ਕਿੱਡੀਆਂ ਸਹੁ ਨੇ। ਤੇਰਾ ਖਲੋਤਾ ਜਾਓ ਮੇਰੇ ਹੱਥ ਖਾਣੇ ਜੇ, ਮੈਂ ਕਿਹੜਾ ਕੋਈ ਦਾਣੇ ਦੇ ਹੱਥ ਪਲਵੇੜੇ ਖਾਣਾ। ਲਓ, ਤੂੰ ਨਾ ਟਲੀ ਬਈ, ਠੀਕ ਲਓ ਜੀ, ਚੂਸੋ ਚੂਸੋ ਮੈਨੂੰ। ਲੈ ਜਨਾਬ, ਇਹ ਘੋੜੀਆਂ ਵਛੇਰੀਆਂ ਹੈਗੀਆਂ ਜੀ, ਬਹੁਤ ਸੋਹਣੀਆਂ ਵਛੇਰੇ 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 ਜੀ। ਚਲੋ ਜੀ, ਵਛੇਰੇ ਭਾਅ ਜੀ, ਮਾਫ਼ੀ ਚਾਹੁੰਦਾ, ਮੈਂ ਕਿਹੜਾ ਉੱਪਰਾਂ ਜਾ ਕੇ ਵੇਖਿਆ ਵੀ ਵਛੇਰੀ ਕਿ ਵਛੇਰਾ। ਲਓ ਜੀ, ਮੇਰੀ ਗੱਲ ਸੁਣ, ਉਹ ਵੇਖ ਕਿੱਡੇ ਇਤਮਾਨ ਨਾਲ ਖਲੋਤਾ ਹੋਇਆ ਵਿਚਾਰਾ, ਉਹ ਵੇਖ ਤੀਸਰੇ ਨੰਬਰ ਚੌਥੇ ਵਾਲਾ, ਉਹ ਹੀ ਲੱਗਦਾ ਜਿਵੇਂ ਉਹ ਪੱਥਰ ਦਾ। ਲਓ ਜੀ, ਇਹ ਚਾਰ ਵਛੇਰੇ ਜੇ ਮਾਸ਼ਾਅੱਲਾ, ਅਤੇ ਇਹ ਘੋੜੀਆਂ ਜਿਹੜੀਆਂ ਬੇਗ ਸਾਹਿਬ ਨੇ ਰੱਖੀਆਂ ਹੋਈਆਂ ਨੇ, ਇਹ ਉਹਨਾਂ ਦੇ ਬੱਚੇ ਨੇ, ਅਤੇ ਇਹ ਫਾਰਮਿੰਗ ਦੇ ਜ਼ਰੀਏ ਹੀ ਇਹਨਾਂ ਨੂੰ ਇਹ ਬੱਚੇ ਮਿਲੇ ਜੇ, ਅਤੇ ਸਾਰੇ ਇੰਗਲਿਸ਼ ਬੱਚੇ ਜੇ, ਅਤੇ ਮਾਸ਼ਾਅੱਲਾ ਬਹੁਤ ਸੋਹਣੇ ਬੱਚੇ ਹੈਗੇ ਨੇ। ਅਤੇ ਇਹ ਪਹਿਲਾਂ ਆਪਾਂ ਨਦੀਮ ਸਾਹਿਬ ਕੋਲੋਂ ਪੁੱਛਦੇ ਹਾਂ, ਨਦੀਮ ਭਾਈ, ਆਹ ਜਿਹੜਾ ਪਹਿਲਾ ਬੱਚਾ ਹੈਗਾ, ਇਹਦਾ ਨਾਂ ਕੀ ਜੇ? ਇਹ ਦੱਸੀ ਕਿ ਇਹ ਜਿਹੜਾ ਵਛੇਰਾ ਹੈਗਾ, ਇਹ ਇਹਦੀ ਕਿੰਨੀ ਉਮਰ ਹੈ ਪਹਿਲਾਂ ਤਾਂ? ਇਹ ਜੀ ਜਿਹੜੇ ਨਾ ਚਾਰੋ, ਇਹ ਕੁਛ ਕਹਿੰਦੇ ਤੇ ਨਹੀਂ, ਇਹ ਚਾਰੋ ਸਾਲ ਸਾਲ ਦੇ ਹਨ, ਇਹ ਚਾਰੇ ਸਾਲ ਸਾਲ 2019 ਦੀ ਪੈਦਾਇਸ਼ ਹੈ। ਲਓ ਜਨਾਬ, ਤੇ ਇਹ ਆ ਅਲਵਾਰ ਦਾ ਬੱਚਾ ਹੈ, ਪਹਿਲੇ ਤੁਹਾਨੂੰ ਬੱਚੇ ਦੇ ਨਾਲ ਘੋੜੀ ਵੀ ਖਾਈ ਹੈ ਅਲਵਾਰ, ਇਹ ਉਹਦਾ ਬੱਚਾ ਹੈ, ਸਾਸੀ ਦਾ ਪਿਓ ਵੇ। ਲਓ ਜੀ, ਆ ਸਾਸੀ ਇਹਦਾ ਪਿਓ ਜੇ, ਉਹ ਜਿਹੜਾ ਤੁਹਾਨੂੰ ਨਿੱਕਾ ਘੋੜੀ ਦੇ ਨਾਲ ਉਹ ਬੱਚਾ ਵਿਖਾਇਆ ਸੀ, ਜਿਹੜਾ 8 ਲੱਖ ਰੁਪਈਏ ਦਾ ਵਿਕਿਆ, ਅਤੇ ਉਹਦੇ ਇਹ ਬੱਚੇ ਹੈਗੇ ਜੇ ਸਾਸੀ ਦੇ। ਇੱਕ ਆਹ ਸਾਸੀ ਦਾ ਬੱਚਾ, ਇੱਕ ਉਹ ਪਰਲਾ, ਇਹ ਤਿੰਨੋ ਹੀ ਸਾਸੀ ਦੇ ਨੋ ਬਾਹਰ ਆ ਲੈ ਕੇ। ਅੱਛਾ, ਤੂੰ ਉਹ ਸਾਸੀ ਨਹੀਂ ਵਿਖਾਇਆ ਯਾਰ ਮੈਨੂੰ ਉਹ। ਲਓ ਜੀ, ਇਹ ਸਾਸੀ ਦੇ ਬੱਚੇ ਨੇ ਜਨਾਬ, ਇਹ ਜਿਹੜੇ ਹੈਗੇ ਨੇ, ਅਤੇ ਸਾਲ ਸਾਲ ਇਹਨਾਂ ਦੀ ਉਮਰ ਹੈਗੀ ਹੈ, ਮਾਸ਼ਾਅੱਲਾ ਬਹੁਤ ਪਿਆਰੀਆਂ ਚੀਜ਼ਾਂ ਹੈਗੀਆਂ ਨੇ। ਅਤੇ ਇਹ ਵੇਖੋ ਫਾਰਮਿੰਗ ਦੇ ਕਿੰਨੇ ਫਾਇਦੇ ਜੇ, ਅਤੇ ਫਾਰਮਿੰਗ ਉਹਨਾਂ ਨੇ ਕੀਤੀ ਮਾਸ਼ਾਅੱਲਾ, ਅਤੇ ਕਿੱਡੇ ਕਿੱਡੇ ਆਲਾ ਜਿਹੜੇ ਨੇ ਨਾ ਉਹ ਵਛੇਰੇ, ਉਹ ਮਾਸ਼ਾਅੱਲਾ ਇਹ ਵੀ ਜਿਹੜੇ ਹੈਗੇ ਨੇ ਰੇਸ ਦੇ ਵਿੱਚ ਦੌੜਨਗੇ, ਔਰ ਅੱਲਾ ਪਾਕ ਇਹਨਾਂ ਦਾ ਵੀ ਨਾਂ ਬਣਾਵੇਗਾ ਜੀ, ਜਿਸ ਤਰ੍ਹਾਂ ਇਹਨਾਂ ਦੇ ਪਿਓ ਦਾ ਨਾਂ ਸੀ ਸਾਸੀ ਦਾ। ਅਤੇ ਇਹ ਵੀ ਸਾਸੀ ਦੇ ਬੱਚੇ ਨੇ। ਇੱਕ ਠਹਿਰੋ ਜੀ, ਇੱਕ ਮਿੰਟ ਠਹਿਰੋ ਭਾਅ ਜੀ, ਉਹ ਨਹੀਂ ਰੱਖਿਆ ਜੇ, ਉਹ ਨਹੀਂ ਰੱਖਿਆ ਜੇ, ਇੱਟ ਜਿਹੜੀ ਹੈਗੀ ਇਹਦੇ ਵੱਜ ਨਾ ਜਾਵੇ, ਇੱਟ ਨਾ ਵੱਜ ਜਾਵੇ ਜੀ ਘੋੜੇ ਦੇ। ਬਹੁਤ ਸੋਹਣੀਆਂ ਚੀਜ਼ਾਂ ਨੇ, ਇਹ ਵੇਖੋ, ਬਹੁਤ ਸਹੁ, ਬਹੁਤ ਸੋਹਣੀਆਂ ਚੀਜ਼ਾਂ, ਸੋਹਣੇ ਵਛੇਰੇ। ਇਹ ਵੇਖੋ, ਇਹ ਮੁਸ਼ਕੇ ਰੰਗ ਦਾ, ਇਹ ਤਾਂ ਮੁਸ਼ਕਾ ਹੀ ਹੈ ਜੀ, ਇਹ ਮੁਸ਼ਕੇ ਰੰਗ ਦਾ। ਲਓ ਜੀ, ਬਹੁਤ ਸੋਹਣੇ ਮਾਸ਼ਾਅੱਲਾ ਵਛੇਰੇ ਜੇ, ਚਾਰੇ ਹੀ ਮਾਸ਼ਾਅੱਲਾ। ਅਤੇ ਇਹ ਸਾਸੀ ਦੇ ਬੱਚੇ ਹੈਗੇ ਨੇ, ਇਹ ਫਾਰਮਿੰਗ ਦਾ ਤੋਹਫਾ ਹੈ ਜਿਹੜਾ ਉਹਨਾਂ ਨੂੰ ਮਿਲਿਆ, ਅਤੇ ਤੁਸੀਂ ਵੀ ਫਾਰਮਿੰਗ ਅਗਰ ਕਰਨਾ ਚਾਹੋ ਤਾਂ ਫਾਰਮਿੰਗ ਕਰ ਸਕਦੇ ਜੇ। ਅੱਛਾ, ਤੂੰ ਇਹ ਇਹਨਾਂ ਦਾ ਭਾਅ ਜੀ ਆਪਾਂ ਕਦ ਵੇਖਦੇ ਹਾਂ ਕਿ ਇਹ ਇੱਕ ਇੱਕ ਸਾਲ ਦੇ ਹੈਗੇ ਨੇ, ਅਤੇ ਇਹਨਾਂ ਦਾ ਕਦ ਕਿੰਨਾ ਕੁ ਹੈਗਾ? ਲਓ ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਲਓ ਜੀ, ਡਰ ਵੀ ਮੈਨੂੰ ਲੱਗਦਾ ਕਿਤੇ ਰੰਗ ਭੰਗ ਹੋ ਗਏ। ਲਓ ਜੀ, ਬਿਸਮਿਲ੍ਲਾ, ਖਲੋ ਜਾ ਯਾਰ, ਇੱਕ ਦੋ ਜੀ, ਤਿੰਨ ਚਾਰ ਪੰਜ ਛੇ ਸੱਤ ਜੀ, ਲਓ ਜੀ 8 ਪੂਰੀਆਂ। ਲਓ ਜੀ, ਇਹ ਇੱਕ ਸਾਲ ਦਾ ਬੱਚਾ ਜੇ, ਅਤੇ 8 ਗਿੱਠਾਂ ਹੈਗੀਆਂ ਜੇ ਇਹਦੀਆਂ, ਅਤੇ ਮੇਰਾ ਖਿਆਲ ਹੈ ਇਹਦੀਆਂ ਵੀ 8 ਹੀ ਗਿੱਠਾਂ ਹੈਗੀਆਂ ਜੀ ਇਹਦੀਆਂ, ਇਹ ਸਾਰਿਆਂ ਦੀਆਂ। ਅਤੇ ਮਾਸ਼ਾਅੱਲਾ ਬਹੁਤ ਸੋਹਣੀ ਚੀਜ਼ ਹੈ, ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਜੇ, ਅਤੇ ਜੇ ਕੋਈ ਮਸ਼ਵਰਾ ਲੈਣਾ ਹੋਵੇ, ਇਹ ਫੋਰ ਸੇਲ ਨਹੀਂ ਹੈਗੇ, ਇਹ ਸਿਰਫ ਤੁਹਾਨੂੰ ਵਿਖਾਉਣ ਵਾਸਤੇ ਇਹ ਵੀਡੀਓ ਬਣਾਈ ਜਾ ਰਹੀ ਹੈ, ਤੁਹਾਨੂੰ ਖੁਸ਼ ਕਰਨ ਵਾਸਤੇ, ਸ਼ੌਕੀਨ ਬੰਦਿਆਂ ਨੂੰ ਵਿਖਾਉਣ ਵਾਸਤੇ ਕਿ ਯਾਰ ਕੈਸੀਆਂ ਕੈਸੀਆਂ ਚੀਜ਼ਾਂ, ਔਰ ਹਮਸਾਇਆਂ ਨੂੰ ਵਿਖਾਉਣ ਵਾਸਤੇ ਕਿ ਕੈਸੀਆਂ ਕੈਸੀਆਂ ਚੀਜ਼ਾਂ ਪਾਕਿਸਤਾਨ ਦੇ ਵਿੱਚ ਹੈਗੀਆਂ ਨੇ। ਅਤੇ ਫਾਰਮਿੰਗ ਅਗਰ ਤੁਸੀਂ ਕਰੋਗੇ ਤਾਂ ਇਨਸ਼ਾਅੱਲਾ ਇਹ ਜਿਹੀਆਂ ਚੀਜ਼ਾਂ ਤੁਹਾਡੇ ਕੋਲ ਵੀ ਆ ਜਾਣਗੀਆਂ। ਅਤੇ ਜਦ ਚਾਹਨਾ ਜੀ ਨਈ ਵੀਡੀਓ ਦੇ ਵਿੱਚ ਫਿਰ ਇਨਸ਼ਾਅੱਲਾ ਮੁਲਾਕਾਤ ਹੋਵੇਗੀ। ਅੱਲਾ ਹਾਫਿਜ਼ ਜੀ, ਅੱਲਾ ਦੀ ਅਮਾਨ ਜੀ, ਸਪੁਰਦੇ ਖੁਦਾ।